ਇੱਕ ਵਾਰ ਫਿਰ ਤੋਂ ਮੁੜਾਫਤ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਨਵੀਂ ਵੀਡੀਓ ਲੈ ਕੇ ਆਪਾਂ ਆ ਗਏ ਜੀ ਸਾਰੀਆਂ ਗੱਡੀਆਂ ਦੀ ਆਪਾਂ ਗੱਲਬਾਤ ਕਰਾਂਗੇ ਜਿਵੇਂ ਕਿ ਹਰ ਰੋਜ਼ ਤੁਹਾਨੂੰ ਗੱਡੀਆਂ ਦਿਖਾਉਨੇ ਹੁੰਦੇ ਆ ਤੁਹਾਡੀ ਰੇਟ ਤੁਹਾਡੇ ਬਜਟ ਤੇ ਤੁਹਾਡੇ ਸ਼ਹਿਰ ਪਿੰਡ ਦੀਆਂ ਗੱਡੀਆਂ ਨੇ ਤੁਹਾਨੂੰ ਸਾਰੀਆਂ ਗੱਡੀਆਂ ਦੇਖਣ ਨੂੰ ਮਿਲਣਗੀਆਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਕਰੋ WhatsApp ਨੰਬਰ ਨੋਟ ਨੰਬਰ ਆਪਣਾ 7814038764 ਜੇ ਤੁਸੀਂ ਵੀ ਐਡ ਕਰਾਉਣੀ ਹੈ ਤੁਹਾਡੇ ਕੋਲੇ ਗੱਡੀ ਹੈ ਕਿਸੇ ਵੀ ਏਰੀਆ ਚੋਂ ਜਾਂ ਕੋਠੀ ਆ ਮਕਾਨ ਹੈ ਘਰ ਹੈ ਤਾਂ ਆਪਣੇ ਕੋਲ ਭੇਜ ਸਕਦੇ ਹਾਂ ਵੀਡੀਓ ਜਾਣਕਾਰੀ ਫੋਟੋਆਂ ਜਲਦੀ ਅੱਧ ਤੁਹਾਡੀ ਲੱਗ ਚੁਗੀ ਹੁਣ ਆਪਾਂ ਕਰਾਂਗੇ ਗੱਡੀਆਂ ਦੀ ਗੱਲਬਾਤ ਆਪਣੇ ਕੋਲੇ ਅੱਜ ਗੱਡੀ ਪਹੁੰਚੀ ਹੈ ਪਹਿਲੀ ਜਨ ਅਸਟੀਲੋ 2008 ਮਾਡਲ ਹੈ ਤੇ 87500 ਇਹਦੀ ਡਿਮਾਂਡ ਹੈ ਗੱਡੀ ਆਪਣੇ ਕੋਲੇ ਲੁਧਿਆਣਾ ਏਰੀਆ ਚ ਪਹੁੰਚੀ ਹੈ ਕਾਲੇ ਰੰਗ ਦੀ ਗੱਡੀ ਹੈ ਦਿੱਲੀ ਨੰਬਰ ਹੈ ਕੰਡੀਸ਼ਨ ਠੀਕ ਹੈ ਚਲਾਉਣ ਚ ਕੋਈ ਨੁਕਸ ਨਹੀਂ ਹੈਗਾ ਕਿਸੇ ਮੇਰੇ ਵੱਡੇ ਬਜ਼ੁਰਗ ਨੂੰ ਮੇਰੇ ਭਰਾ ਨੂੰ ਗੱਡੀ ਪਸੰਦ ਆਈ ਉਹ ਵਿ ਲੁਧਿਆਣੇ ਖੜੀ ਹੈ ਜਾ ਕੇ ਦੇਖ ਸਕਦੇ ਹੋ ਤੇ ਇਹਦੇ ਟਾਇਰ ਪੈਨੇ 90 ਤੋਂ 95 ਪੈਸੇ ਹੀ ਸਾਰੇ ਫੰਕਸ਼ਨ ਗੱਡੀ ਦੇ ਚੱਲਦੇ ਆ ਕੋਈ ਗੱਡੀ ਕਿਸੇ ਨਾਲ ਤਾਂ ਕਿਸੇ ਪਾਸੋਂ ਐਕਸੀਡੈਂਟ ਹੋਈ ਹੈ ਨਾ ਕੋਈ ਇੰਜਨ ਗিয়ার ਤੇ ਨੁਕਸ ਹੈ ਵਧੀਆ ਚੱਲਦੀ ਹੈ ਨੰਬਰ ਮਾਲਕ ਦਾ ਸਕਰੀਨ ਤੇ ਦਿੱਤਾ ਹੋਇਆ ਜਿੰਨਾਂ ਦੀ ਗੱਡੀ ਆ 8915599062 ਤੇ ਦੂਜੀ ਗੱਡੀ ਆਪਾਂ ਤੁਹਾਡੇ ਵਾਸਤੇ ਜੀਪ ਲੈ ਕੇ ਆਏ ਜੀ 1998 ਮਾਡਲ ਹੈ 1.60 ਡਿਮਾਂਡ ਹੈ ਹੁਸ਼ਿਆਰਪੁਰ ਜੀਪ ਖੜੀ ਆ ਇਹਦੇ ਟਾਇਰ ਪੈਨੇ 80 ਤੋਂ 85 ਪੈਸੇ ਟਾਇਰ ਵਧੀਆ ਪੈਨੇ ਜੇ ਆਪਾਂ ਇਹਦੀ ਬਾਡੀ ਲਾਈਨ ਦੀ ਗੱਲ ਕਰੀਏ ਤਾਂ ਬਾਡੀ ਲਾਈਨ ਵਧੀਆ ਪਈਆ ਰੰਗ ਵਧੀਆ ਪਿਆਗਾ ਨਾ ਤਾਂ ਕੋਈ ਗਲੀਏ ਕਿਸ ਪਸੂ ਨਾ ਕੋਈ ਇਹਨੂੰ ਜੰਗ ਲੱਗੀ ਆ 1.60 ਡਿਮਾਂਡਾ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਵਧੀਆ ਟਾਇਰ ਨੇ ਵਧੀਆ ਘਰ ਦੀ ਗੱਡੀ ਆ ਕਿਸੇ ਮੇਰੇ ਭਰਾ ਨੂੰ ਪਸੰਦ ਆਈਏ ਜਾ ਕੇ ਦੇਖ ਸਕਦੇ ਹਾਂ ਤੁਹਾਡੀ ਫਰਮੈਸ਼ ਤੇ ਆਪਾਂ ਲੈ ਕੇ ਆਏ ਜੀ ਤੁਸੀਂ ਫਰਮੈਸ਼ ਪਾਈ ਸੇ ਕਮੈਂਟਾਂ ਦੇ ਵਿੱਚ ਨੰਬਰ ਮਾਲਕ ਦਾ ਸਕਰੀਨ ਤੇ ਦਿੱਤਾ ਹੋਇਆ ਕਰੋ ਨੋਟ ਨੰਬਰ ਹੈ ਜੀ 94600 927 366 ਤੇ ਤੀਜੀ ਗੱਡੀ ਆਪਾਂ ਤੁਹਾਡੇ ਵਾਸਤੇ ਹੁਣ ਇਨੋਵਾ ਲੈ ਕੇ ਆਏ ਹਾਂ 2012 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ 5 ਲੱਖ 50 ਹਜ਼ਾਰ ਦੀ ਡਿਮਾਂਡ ਦੇ ਵਿੱਚ ਤੇ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਪਠਾਨਕੋਟ ਏਰੀਆ ਚੋਂ ਗੱਡੀ ਮਾਲਕ ਦੇ ਘਰੇ ਖੜੀ ਹੈ ਮਾਲਕ ਨੇ ਵਧੀਆ ਚਲਾਈ ਹੈ ਸੰਭਾਲ ਦੇ ਵਿੱਚ ਰੱਖੀ ਹੈ ਤੇ ਘਰ ਦੀ ਜਿਹੜੀ ਗੱਡੀ ਹੁੰਦੀ ਆ ਸੰਭਾਈ ਦੇ ਵਿੱਚ ਹੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਬਾਕੀ ਜਿੰਨੀਆਂ ਆਪਾਂ ਗੱਡੀਆਂ ਲੈ ਕੇ ਆਉਨੇ ਆ ਸਾਰੀਆਂ ਘਰਾਂ ਚ ਖੜੀਆਂ ਹੁੰਦੀਆਂ ਲੋਕਲ ਤੇ ਆ ਗੱਡੀ ਪਠਾਨਕੋਟ ਏਰੀਆ ਚ ਘਰੇ ਗੱਡੀ ਖੜੀ ਆ ਮਾਲਕ ਦੀ 80 ਤੋਂ 85 ਪੈਸੇ ਦੇ ਟਾਇਰ ਨਹੀਂ ਕਾਗਜ਼ ਪੱਤਰ ਸਾਰੇ ਪੂਰੇ ਨੇ ਜਿੰਨੇ ਵੀ ਕਾਗਜ਼ ਹੁੰਦੇ ਆ ਸਾਰੇ ਦੇ ਸਾਰੇ ਤੁਹਾਨੂੰ ਮਿਲਣਗੇ ਤੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰ ਸੀਟ ਕਵਰ ਮੈਟਿੰਗ ਏਸੀ ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਪੂਰਾ ਵਧੀਆਗਾ ਤੇ ਨਾ ਤਾਂ ਕੋਈ ਗੱਡੀ ਐਕਸੀਡੈਂਟ ਹੋਈ ਆ ਬਾਕੀ ਹਲਕੀਆਂ ਜਿਹਾ ਸਕਰੈਚ ਜਾਂ ਛੜੀਟਾਂ ਹੀ ਮਿਲ ਸਕਦੀਆਂ ਵੰਪਰਾ ਤੇ ਬਾਕੀ ਕੋਈ ਨੁਕਸ ਨਹੀਂ ਹੈਗਾ ਤੇ ਨੰਬਰ ਮਾਲਕ ਦਾ ਸਕਰੀਨ ਤੇ 9988762724 ਹੁਣ ਆਪਾਂ ਤੁਹਾਡੇ ਵਾਸਤੇ ਆਲਟੋ ਗੱਡੀ ਲੈ ਕੇ ਆਏ ਪੰਜ ਮਾਡਲ ਹੈ ਤੇ ਇਹਦੀ ਪਾਸਿੰਗ ਪਈ ਹੈ 2025 ਤੱਕ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਅੱਗੇ ਕਰਵਾਈ ਹੋਈ ਹੈ ਤੇ ਆਰਸੀ ਆ ਜਿਹੜੀ ਕਾਪੀ ਹੈ ਗੱਡੀ ਚਿੱਪ ਵਾਲੀ ਮਿਲ ਜੂਗੀ 1 ਲੱਖ ਰੁਪਇਆ ਮਾਲਕ ਨੇ ਆਪਣੇ ਕੋਲੇ ਰੇਟ ਲਾ ਕੇ ਭੇਜੇਗਾ ਤੇ ਗੱਡੀ ਖੜੀ ਆਹਾ ਫਾਜ਼ਿਲ ਕੇ ਏਰੀਆ ਚ ਨਵੇਂ ਟੈਰਾ ਚ ਗੱਡੀ ਵਧੀਆ ਤੇ ਕੋਈ ਨੁਕਸ ਨਹੀਂ ਹੈਗਾ ਜੇ ਆਪਾਂ ਇੰਜਨ ਦੀ ਗੱਲ ਕਰੀਏ ਤਾਂ ਮਾਲਕ ਨੇ ਕਿਹਾ ਸਰਵਿਸ ਸਾਰੀ ਹੋਈ ਹੈ ਪੂਰਾ ਵਧੀਆ ਇੰਜਨ ਗੇਅਰ ਹੈ ਕੋਈ ਆਵਾਜ਼ ਨਹੀਂ ਆਉਦੀ ਸਟਾਰਟ ਖੜੀ ਗੱਡੀ ਦਾ ਵੀ ਪਤਾ ਨਹੀਂ ਲੱਗਦਾ ਇੰਨਾ ਸਾਇਲੈਂਟ ਇੰਜਨ ਹੈ ਤੇ ਫਾਜ਼ਿਲ ਕੇ ਖੜੀ ਆ ਵਧੀਆ ਚੱਲਦੀ ਹੈ ਗੱਡੀ ਤੇ ਬਾਡੀ ਲਾਈਨ ਵੀ ਪੂਰੀ ਵਧੀਆ ਬਾਕੀ ਸ਼ੌਂਕੀਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਗੱਡੀ ਤੇ 1 ਲੱਖ ਰੁਪਿਆ ਰੇਟ ਹੈ ਪਾਸਿੰਗ ਵੀ ਮਿਲ ਜੂਗੀ ਤੇ ਨੰਬਰ ਵੀ ਮਾਲਕ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਨੰਬਰ ਕਰੋ ਨੋਟ 98884 8381 ਹੁਣ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ yellow ਗੱਡੀ Mahindra yellow ਨੋ ਮਾਡਲ ਗੱਡੀ ਹੈ 210000 ਡਿਮਾਂਡ ਹੈ ਤੇ ਗੱਡੀ ਆਪਣੇ ਕੋਲ ਹੀ ਫਿਰੋਜ਼ਪੁਰ ਏਰੀਆ ਚ ਪਹੁੰਚੀ ਆ ਅਸੀਂ ਤੋਂ 85 ਪੈਸੇ ਇਹਦੇ ਟੈਰ ਪਏ ਨੇ ਗੱਡੀ ਵਧੀਆ ਤੇ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਮਾਲਕ ਨੇ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਤੁਸੀਂ ਦੇਖ ਰਹੇ ਹੋ ਚਲਾਉਣ ਚ ਕੋਈ ਨੁਕਸ ਨਹੀਂ ਤੇ ਵਧੀਆ ਗੱਡੀ ਆ ਜੀ ਫਿਰੋਜ਼ਪੁਰ ਗੱਡੀ ਖੜੀ ਆ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਗੱਡੀ ਪਸੰਦ ਆਈ ਉਹ ਜਾ ਕੇ ਦੇਖ ਸਕਦੇ ਹਾਂ ਨੰਬਰ ਮਾਲਕ ਦਾ ਸਕਰੀਨ ਤੇ ਆ ਨੰਬਰ 98787 83823 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਇੱਕ ਗੱਲ ਜੀ ਮੈਂ ਕਹਿਣੀ ਚਾਹੁੰ ਆ ਜਦੋਂ ਤੁਸੀਂ ਆਪਣੇ ਕੋਲੇ ਕੋਈ ਵੀ ਗੱਡੀ ਭੇਜ ਦੋ ਵੇਚਣ ਵਾਸਤੇ ਠੀਕ ਆ ਜੀ ਐਡ ਕਰਾਉਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਤੁਹਾਨੂੰ ਪਤਾ ਹੁੰਦਾ ਜੀ ਸਾਡੀ ਗੱਡੀ ਕਿੰਨੇ ਦੀ ਹੈ ਠੀਕ ਆ ਜੀ ਉਹਨਾਂ ਗ੍ਰੇਡ ਲਾ ਕੇ ਭੇਜਿਆ ਕਰੋ ਕਿਉਂਕਿ ਜਦੋਂ ਵਧੀਆ ਰੇਟ ਹੁੰਦਾ ਤਾਂ ਹਰ ਕੋਈ ਖਰੀਦ ਲੈਂਦਾ ਤੇ ਰੇਟ ਸਹੀ ਨਹੀਂ ਹੁੰਦਾ ਤਾਂ ਕੋਈ ਫੋਨ ਵੀ ਨਹੀਂ ਕਰਦਾ ਤਾਂ ਕਰਕੇ ਮੈਂ ਹਰ ਰੋਜ਼ ਕਹਿਣਾ ਹੁੰਨਾ ਵੀ ਤੁਹਾਡੇ ਫਾਇਦਾ ਰੇਟ ਸਹੀ ਲਾਉਣ ਚ ਬਾਕੀ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਕਈ ਗੱਡੀਆਂ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦਾ ਰੇਟ ਜ਼ਿਆਦਾ ਲਾ ਕੇ ਭੇਜਿਆ ਹੋਇਆ ਪਰ ਮੈਂ ਨਾਮ ਨਹੀਂ ਲੰਦਾ ਕਿਹੜੀ ਗੱਡੀਆਂ ਨੇ ਤੇ ਤੁਹਾਨੂੰ ਪਤਾ ਹੀ ਆ ਬਾਕੀ ਠੀਕ ਹੈ ਜੀ ਤੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਦੇ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਥੋਂ ਵੱਡੇ ਬਜ਼ੁਰਗ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਤੇ ਨਾਮੀ ਗੱਡੀਆਂ ਦੇਖਣ ਵਾਸਤੇ ਤੁਹਾਡੇ ਏਰੀਆ ਦੀਆਂ ਹੁਣ ਆਪਾਂ ਕਰਾਂਗੇ ਅੱਗੇ ਗੱਡੀਆਂ ਦੀ ਗੱਲਬਾਤ ਆਪਣੇ ਕੋਲ ਹੀ ਮਾਰੂਤੀ ਸੁਜ਼ੂਕੀ ਦੀ ਗੱਡੀ ਪਹੁੰਚੀ ਆ ਤੇ ਇਹ ਸੈਂਟਰ ਲੋਕ ਹੈ 14 ਮਾਡਲ ਹੈ ਜੀ ਆਹਾ ਦੂਜੇ ਨਾਮ ਹੈ 3B ਡਿਮਾਂਡ ਹੈ ਤੇ 7580 ਪੈਸੇ ਟਾਇਰ ਪਏ ਨੇ 1,60,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੇ ਆਪਾਂ ਅੰਦਰੋਂ ਵਧੀਆ ਗੱਲ ਕਰੀਏ ਗੱਡੀ ਦੀ ਤਾਂ ਵਧੀਆ ਬਾਹਰੋਂ ਵੀ ਠੀਕ ਹੈ ਬਾਕੀ ਬੈਕ ਸਾਈਡ ਆਪਾਂ ਤਾਂ ਕਿ ਦੀ ਗੱਲ ਕਰੀਏ ਡਿੱਕੀ ਦੀ ਤਾਂ ਡੈਂਟ ਹੈਗੇ ਅਸੀਂ ਉਹ ਤੁਹਾਨੂੰ ਫੋਟੋਆਂ ਦੇ ਵਿੱਚ ਵੀ ਦੇਖੇ ਹੋਣਗੇ ਬਾਕੀ ਹੋਰ ਕਿਸੇ ਕੋਲ ਪਾਸ ਡੈਂਟ ਨਹੀਂ ਹੈਗਾ ਬਸ ਬੈਕ ਸਾਈਡ ਹੀ ਇਕੱਲੇ ਤੇ ਨੰਬਰ ਮਾਲਕ ਦਾ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਗੱਡੀ ਹੈ ਠੀਕ ਹੈ ਜੀ ਨੰਬਰ ਮਿਲ ਗਿਆ ਹੋਊਗਾ ਤੁਹਾਨੂੰ ਤੇ ਫੋਨ ਕਰੋ ਜਾ ਕੇ ਦੇਖੋ ਤੇ ਗੱਡੀ ਨੂੰ ਖਰੀਦੋ ਜੀ ਹੁਣ ਆਪਾਂ ਕਰਾਂਗੇ ਅੱਗੇ ਰੇਟਸ ਬੀਡੀਆਈ ਗੱਡੀ ਦੀ ਗੱਲ ਕਰਵਾਤਾ ਗੱਡੀ ਆਪਣੇ ਕੋਲ ਪਹੁੰਚੀ ਆ ਹ ਅਮ੍ਰਿਤਸਰ ਏਰੀਆ ਚੋਂ ਜੇ ਟਾਇਰਾਂ ਦੀ ਗੱਲ ਕਰੀਏ ਤਾਂ 75 ਤੋਂ 80 ਪੈਸੇ ਟਾਇਰ ਨੇ ਪੈਰਾਂ ਦੇ ਵਿੱਚ ਅਲਾਈ ਲੱਗੇ ਹੋਈ ਐ 275 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਐ 12 ਮਾਡਲ ਗੱਡੀ ਐ ਚੱਲੀ ਕੁੱਲ 80000 ਕਿਲੋਮੀਟਰ ਐ ਤੇ ਗੱਡੀ 'ਚ ਕੋਈ ਨੁਕਸ ਨਹੀਂ ਨਾ ਤਾਂ ਕੋਈ ਚਲਾਉਣ 'ਚ ਨਾ ਕੋਈ ਇੰਜਨ ਗੇਅਰ 'ਚ ਪੂਰੀ ਵਧੀਆ ਸਾਫ਼ ਗੱਡੀ ਐ ਤੇ ਅੰਦਰੋਂ ਤੁਸੀਂ ਦੇਖੋਗੇ ਤਾਂ ਪੂਰੀ ਮੋਡੀਫਾਈ ਕੀਤੀ ਹੋਈ ਐ ਬਹੁਤ ਸੋਹਣੀ ਮਾਲਕ ਨੇ ਅੰਦਰੋਂ ਤਿਆਰ ਕਰਵਾਈ ਹੋਈ ਐ ਬਾਕੀ ਸੋਹਣੀ ਗੱਡੀ ਐ ਕੋਈ ਡੈਂਟ ਨਹੀਂ ਕੋਈ ਸਕ੍ਰੈਚ ਨਹੀਂ ਕੋਈ ਐਕਸੀਡੈਂਟ ਨਹੀਂ ਵਧੀਆ ਗੱਡੀ ਐ ਤੇ ਨੰਬਰ ਮਾਲਕ ਦਾ ਸਕਰੀਨ ਤੇ ਦਿੱਤਾ ਹੋਇਆ ਕਰੋ ਨੋਟ 907508260008 ਤੇ ਫੋਨ ਕਰ ਲਿਓ ਤੁਸੀਂ ਜਾ ਕੇ ਦੇਖੀ ਤੇ ਖਰੀਦ ਸਕਦੇ ਹੋ ਆਹ ਗੱਡੀ ਚਿੰਗ ਅੱਗੇ ਆਪਾਂ ਹੁਣ ਤੁਹਾਡੇ ਵਾਸਤੇ Maruti 800 ਗੱਡੀ ਲੈ ਕੇ ਆਇਆ ਜੀ 1999 ਮਾਡਲ ਗੱਡੀ ਹੈ 39000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 39400 ਇੰਨਾ ਕਰੇਟਾ ਦਾ ਬਾਕੀ ਮੌਕੇ ਤੇ ਹੋ ਜੂਆ ਘਟਾ ਵਧਾ ਪਟਿਆਲੇ ਖੜੀ ਜੇ ਗੱਡੀ ਤੇ 85 ਪੈਸੇ ਦੇ ਟਾਇਰ ਪਏ ਨੇ ਗੱਡੀ ਵਧੀਆ ਬਾਕੀ ਇੰਜਨ ਗੇਅਰ ਵਧੀਆ ਪਹਿਲੇ ਸਾਲਵ ਕੇ ਦੇ ਸਟਾਰਟ ਹੁੰਦੀ ਹੈ ਬਾਡੀ ਲੈਨ ਵੀ ਠੀਕ ਹੈ ਚਲਾਉਣ ਚ ਵੀ ਵਧੀਆ ਤੇ ਨੁਕਸ ਕੋਈ ਨਹੀਂ ਹੈਗਾ ਤੁਸੀਂ ਕਹਿੰਦੇ ਹੋ ਜੀ ਵੀ ਸਾਨੂੰ ਘੱਟ ਰੇਟ ਚ ਗੱਡੀ ਚਾਹੀਦੀ ਹੈ ਕਿਉਂਕਿ ਅਸੀਂ ਘਰੇ ਚਲਾਉਣੀ ਹੈ ਤੇ ਸਾਡਾ ਬਜਟ ਹੈ ਘੱਟ ਤਾਂ ਕਰਕੇ ਆਪਾਂ ਲੈ ਕੇ ਹੁੰਨੇ ਹੁਨੇ ਅਸੀਂ ਘੱਟ ਰੇਟ ਦੀ ਗੱਡੀ ਵੀ ਤੇ ਜਿਨ੍ਹਾਂ ਦੀ ਗੱਡੀਆਂ ਨੰਬਰ ਉਹਨਾਂ ਦਾ ਕਰ ਲਓ ਨੋਟਸ ਸਕਰੀਨ ਤੇ ਦਿੱਤਾ ਹੋਇਆ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਇਹ ਗੱਡੀਆਂ ਕਿਵੇਂ ਦੀ ਲੱਗੀਆਂ ਜਰੂਰ ਦੱਸੋ ਜੀ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਾਕੀ ਮਿਲਦੇ ਹਾਂ ਜੀ ਜਲਦੀ ਇਸੇ ਤਰ੍ਹਾਂ ਦੀ ਕੋਹੋਰ ਨਵੀਂ ਵੀਡੀਓ ਤੇ ਨਵੀਂ ਗੱਡੀਆਂ ਮਸ਼ੀਨਰੀਆਂ ਦੇ ਨਾਲ ਆ ਆਪਣੇ ਕੋਲੇ ਬਹੁਤ ਸਾਰੀਆਂ ਗੱਡੀਆਂ ਆਈਆਂ ਪਈਆਂ ਜੀ ਵਧੀਆ ਰੇਟਾਂ ਦੇ ਵਿੱਚ ਘੱਟ ਰੇਟ ਵੱਧ ਰੇਟ ਨਵੀਆਂ ਪੁਰਾਣੀਆਂ ਸਾਰੀਆਂ ਗੱਡੀਆਂ ਦੀ ਜਲਦੀ ਜਲਦੀ ਆਪਾਂ ਐਡ ਕਰਾਂਗੇ ਬਸ ਤੁਸੀਂ ਲਾਈਕ ਕਰਦੇ ਰਹੋ ਦੇਖਦੇ ਰਹੋ ਸਪੋਰਟ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਠੀਕ ਹੈ ਜੀ ਤੇ ਤੁਹਾਨੂੰ ਵੱਧ ਤੋਂ ਵੱਧ ਤੁਹਾਡੇ ਏਰੀਆ ਦੀ ਗੱਡੀਆਂ ਆਪਾਂ ਤੁਹਾਡੇ ਤੱਕ ਪਹੁੰਚਾਵਾਂਗੇ